ਹਾਂਜੀ ਹੋ ਗਏ ਤਿਆਰ? ਬਹੁ ਇਹ ਨਹੀਂ ਪਾਉਣੀ, ਪਾਪਾ ਪਿੱਗ ਵਾਲੀ ਪਾਓ ਹਲਕਾ ਜਿਹਾ। ਹਾਂ ਉਹ ਪਾਪਾ ਪਿੱਗ ਵਾਲਾ ਸੂਟ ਕਿੱਡੇ ਤਿਆਰ ਹੋਣ ਡੇ ਆ, ਤੇ ਮੇਰਾ ਅਜੇ ਪੂਰਾ ਜ਼ੋਰ ਲੱਗਣ ਡਿਆ, ਮੈਂ ਕਰਦੀਆਂ ਸਭ ਸਾਫ ਸਫਾਈਆਂ ਕੀਤੀਆਂ, ਸਭ ਕੁਛ ਕੀਤਾ ਆ। ਨਹੀਂ ਪੁੱਤ ਪਤਾ ਕਿਉਂ? ਗਰਮੀ ਆ, ਗਰਮੀ ਆ ਹੁਣ ਅੰਦਰ ਸੀ। ਇਹ ਕਿਹੜੀ ਮੈਨੂੰ ਪਤਾ ਨੀ, ਯੂਕੇ ਵਾਲੀ। ਹਾਂਜੀ ਕਿੱਦਾਂ ਹੋ ਗਈ ਤਿਆਰੀ? ਫਿਰ ਆਪਣੇ ਸ਼ੂਜ ਲਿਆਓ, ਉਧਰ ਬੈਂਕ ਵਾਲੇ ਮਾਰ ਕੇ ਲੱਗ ਗਏ। ਬਹੁ ਉਹ ਕੋ ਮਗਰ ਪਈ, ਮੈਂ ਪਾ ਦਾ ਹੋ ਗਈਆਂ ਫਿਰ ਤਿਆਰੀਆਂ। ਸਾਰਿਆਂ ਨੂੰ ਕੱਲ ਨੂੰ ਦਵਾਂਗੇ ਸਰਪ੍ਰਾਈਜ਼, ਐਸ ਵਾਲੇ ਵਲੌਗ ਤੋਂ ਬਾਅਦ ਵੀ ਅਸੀਂ ਕਿੱਥੇ ਚੱਲੇ। ਸਾਰਿਆਂ ਨੂੰ ਕਮੈਂਟ ਕਰਨ ਡਏ ਸੀ ਕਿ ਤੁਸੀਂ ਇੰਡੀਆ ਚੱਲੇ, ਇੰਡੀਆ ਚੱਲੇ, ਅਤੇ ਰਾਤ ਟਾਈਮ ਸਾਡੇ 11 ਵੱਜ ਗਏ ਆ, ਅਤੇ ਤਿਆਰੀਆਂ ਸ਼ੁਰੂ ਆ, ਨਿਕਲਦੇ ਸਾਨੂੰ 12:30 ਹੋਏ ਨੇ ਤਰਨ ਵੈਸੇ, ਹੈ ਨਾ? ਕਿਉਂਕਿ ਪੈਕਿੰਗ ਤਾਂ ਹੋ ਗਈ ਆ, ਤੁਸੀਂ ਸਾਰਿਆਂ ਨੇ ਤਿੰਨਾਂ ਨੇ ਨਹਾ ਲਿਆ ਵਾ, ਮੈਂ ਹੀ ਬਸ ਨਹਾਉਣਾ ਆ, ਅਤੇ ਸੌਕਸ ਵੀ ਲਿਆਓ ਪੁੱਤ ਆਪਣੀਆਂ। ਗੱਲ ਸੁਣੋ, ਪਤਾ ਕਿੱਥੇ ਸੌਕਸ ਤੁਹਾਡੀਆਂ? ਇੱਧਰ ਵੇਖੋ ਸ਼ਾਨ, ਤੁਹਾਡੀਆਂ ਸੌਕਸ ਪਈਆਂ ਵਾ ਬਾਹਰ, ਜਿਹੜੇ ਗੈਲਰੀ 'ਚ ਸ਼ੂਜ਼ ਪਏ ਨਾ ਨਵੇਂ ਉਹਨਾਂ ਦੇ ਵਿੱਚ, ਅਤੇ ਸਾਹਿਬ ਦੀਆਂ ਪਈਆਂ ਇੱਥੇ ਬੈਂਕ ਵਾਲੇ ਸ਼ੂਜ਼ ਪਏ ਨਾ ਉਹਨਾਂ ਦੇ ਵਿੱਚ, ਬੂਟ ਇਹਨਾਂ ਨੂੰ ਪਾਇਓ ਨਾ ਤਰਨ, ਪੈਰ ਥੱਕ ਜਾਣੇ ਇਹਨਾਂ ਦੇ, ਵੈਸੇ ਤਾਂ ਲਾਦਾਂਗੇ ਗੱਡੀ 'ਚ, ਹੈ ਨਾ? ਚਲੋ ਠੀਕ ਆ, ਮੈਂ ਵੀ ਫਿਰ ਨਾ ਲਵਾਂ, ਫਿਰ ਮਿਲਦੇ ਹਾਂ ਆਪਾਂ। ਤਿਆਰੀ ਆ, ਬੱਬੋ ਨਿਆਣੇ ਇਹਨੇ ਆਪਣੀ ਨੀਂਦ ਪੂਰੀ ਕਰ ਲਈ ਆ, ਘੰਟਾ ਕਹਿੰਦੇ ਸੌ ਕੇ ਸ਼ਾਮੀ ਪਈ 6 ਵਜੇ ਨਾ ਸਹਿਬ ਲਾ ਜੁੜੀ ਕਰਦੀ ਹੈ, ਹਾਂਜੀ ਸੋਫਟ ਜੀ ਕਰ ਦਿੰਦੇ ਨਾ, ਚੱਲੀਏ ਨਾ ਨਾ ਚੱਲੀਏ ਸਾਹਿਬ, ਚਲੋ ਇਹਨੂੰ ਰੱਖ ਦਿਓ ਉੱਥੇ ਰੱਖ ਦਿਓ, ਇਹ ਨਹੀਂ ਪਾ ਕੇ ਜਾਣੀ ਪੁੱਤ, ਸ਼ੂਜ਼ ਤਾਂ ਪਾਏ ਆ ਤੁਸੀਂ ਕਿੱਡੇ ਸੋਹਣੇ, ਨਿਊ ਸ਼ੂਜ਼ ਪਾਏ ਆ, ਉੱਥੇ ਰੱਖਾਓ, ਉੱਥੇ ਰੱਖ ਦਿਓ, ਹਾਂ ਕੀ ਕਰੀਏ, ਲੈ ਮੰਮਾ ਰੱਖ ਕੇ ਆਉਂਦੇ ਆ। ਲਓ ਜੀ ਰੈਡੀ ਆਪਾਂ ਹੋ ਗਏ ਹਾਂ ਅਤੇ ਚੱਲਦੇ ਹਾਂ, ਅਤੇ ਟਾਈਮ ਸਾਡੇ ਹੋ ਗਿਆ ਰਾਤ ਦੇ 11:30, ਅਤੇ ਲੱਗਦਾ ਸਾਨੂੰ ਆਪਾਂ ਨੂੰ ਤੁਰਦੇ ਤੁਰਦੇ 12:00 to 12:30 ਹੋਏ ਹਾਂ, ਕਿਉਂਕਿ ਅਜੇ ਸਾਰਾ ਸਮਾਨ ਗੱਡੀ 'ਚ ਰੱਖਣਾ, ਸਿਰਫ ਤਿਆਰ ਹੀ ਹੋਏ ਆ, ਅਤੇ ਸਾਹਿਬਾਂ ਦਾ ਵੀ ਮੈਨੂੰ ਚੁੱਕ ਲਓ, ਮੰਮਾ ਚੁੱਕ ਲੈਣ, ਸਾਹਿਬ ਨੂੰ ਕੁੱਕ ਲੈਣ, ਸਾਰਿਆਂ ਨੂੰ ਚੌਕਾ ਦੇ, ਉਹ ਬੁੱਬੀ ਬਾਹ ਕੇ ਦੱਦੋ, ਬੁੱਬੀ ਬਾਹ ਦਿਓ, ਹਾਂ ਬੋਕਾ ਆ, ਬੁੱਬੀ ਬਾਹ ਦਿਓ, ਬੁੱਬੀ 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 ਬਾਹ ਦਿਓ, ਕਿੱਦਾਂ ਬਾਹਦੋ ਸਾਹਿਬ, ਬੁੱਬੀ ਇੱਦਾਂ ਸਾਹਿਬ ਇੱਦਾਂ ਬੁੱਬੀ ਬਾਹ ਦਿਓ, ਆਏ ਕਿੱਦਾਂ ਇੱਦਾਂ ਬਾਹਦੋ, ਨਹੀਂ ਮਾਰੀ ਦਾ ਥੋੜ੍ਹਾ ਹੈ ਮੰਮਾ ਨੂੰ, ਫਿਰ ਸੋਹਣਾ ਬੱਚਾ ਬਣੀਂਦਾ ਆ, ਅਤੇ ਆਏ ਆਏ
ਪਾਈ ਆ, ਮੰਮਾ ਦੀ ਕਿਹੜੀ ਪਾਈ ਆ? ਓਏ ਕੀ ਦੇ ਦੇ, ਕਦੇ ਦੋ, ਕਦੇ ਦੋ, ਕਦੇ ਦੋ ਤੇ ਉਹ ਅਜੇ ਦੋਨੋਂ ਜਾਣੇ ਗਏ ਆ ਗੁਰਸ਼ਾਨ ਤੇ ਤਰਨ ਗੱਡੀ ਲੈਣ, ਤੇ ਅਜੇ ਆਏ ਨੀ ਵਾਪਸ। ਉਹਨਾਂ ਨੇ ਗੱਡੀ 'ਚ ਪਾਣੀ ਪੂਣੀ ਪਾਉਣਾ ਸੀ ਤੇ ਕੱਢੀਏ ਸਮਾਨ। ਇਹ ਆਉਂਦਾ ਮੈਨੂੰ ਹੁਣ ਚੁੱਕ ਲਓ, ਉਦੋਂ ਦਾ ਖੇਡਣ ਡਿਆ ਸੀ ਤੇ ਸ਼ੂਜ ਪਹਿਲਾਂ ਹੀ ਬਾਲੇ, ਤੁਸੀਂ ਸ਼ੂਜ ਲੈ ਦਿੰਦੇ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਇੰਨਾ ਜ਼ਿਆਦਾ ਵਲੋਗ ਨੂੰ ਪਿਆਰ ਦਿੰਦੇ। ਪਲੀਜ਼ ਇੱਦਾਂ ਹੀ ਦਿੰਦੇ ਰਿਹਾ ਕਰੋ, ਭਾਵੇਂ ਸਾਡੇ ਛੋਟੇ ਹੁੰਦੇ ਆ ਜਾਂ ਜਿੱਦਾਂ ਵੀ ਹੁੰਦੇ ਆ, ਕਿਉਂਕਿ ਬੱਚਿਆਂ ਦੇ ਨਾਲ ਜਿੱਦਾਂ ਦੀ ਸਾਡੀ ਐਕਟੀਵਿਟੀ ਬੱਚਿਆਂ ਦੇ ਨਾਲ ਹੁੰਦੀ ਘਰ ਵਿੱਚ ਜੋ ਕੰਮ ਹੁੰਦਾ, ਅਤੇ ਆਪਾਂ ਉਹੀ ਚਲੋ ਵਿਖਾ ਲਈਦਾ ਆ। ਬਾਹਲਾ ਹੀ ਨਹੀਂ ਵੀ ਜਾਈਦਾ ਕਿਤੇ ਘੁੰਮਣ ਘੰਮਣ, ਅਤੇ ਜੋ ਸਾਡੇ ਘਰ ਵਿੱਚ ਨਿੱਤ ਹੁੰਦਾ, ਮਤਲਬ ਕਿ ਛੋਟੇ ਛੋਟੇ ਕੰਮ ਕਾਰ ਬੱਚਿਆਂ ਦੇ ਨਾਲ ਕੰਮ ਕਰ ਲਿਆ ਜਾਂ ਕਿੱਦਾਂ ਏਸੀ ਚੱਲਣ ਡਿਆ, ਫਿਰ ਵੀ ਇੰਨੀ ਗਰਮੀ ਲੱਗਣੀ, ਪਤਾ ਨਹੀਂ ਕੀ ਗੱਲ ਹੋਈ ਆ, ਇੰਨੀ ਗਰਮੀ ਆ ਨਾ, ਗਰਮੀ ਦੇ ਨਾਲ ਸਮਝ ਨਹੀਂ ਆਉਂਦਾ ਕੀ ਹੋਣਾ। ਇੰਨਾ ਜ਼ਿਆਦਾ ਪਸੀਨਾ ਆਇਆ ਕਿ ਅਜੇ ਕਿ ਮੈਂ ਨਹਾ ਕੇ ਫਿਰ ਕੱਪੜੇ ਪਾਏ ਆ, ਮੂੰਹ ਦੇ ਉੱਤੇ ਕੁਛ ਨਹੀਂ ਮੈਂ ਲਾਇਆ, ਸਿਰਫ ਲਿਪ ਗਾਰਡ ਜੀ ਲਾਈ ਆ, ਕਿਉਂਕਿ ਉਹ ਗਰਮੀ ਦੇ ਨਾਲ ਮੂੰਹ ਜਿਹਾ ਵੀ ਖਰਾਬ ਹੋਈ ਜਾਂਦਾ, ਛਾਈਆਂ ਜਿਹੀਆਂ ਵੀ ਬਹੁਤ ਹੋਈਆਂ ਗਰਮੀ ਦੇ ਨਾਲ, ਪਤਾ ਨਹੀਂ ਕੀ ਗੱਲ ਆ। ਹੁਣ ਗੁਰੂ ਸਾਹਿਬ ਚੱਲ ਗਿਆ ਉੱਧਰ ਖਡੌਣੇ ਲੱਭਣ ਆਪਣੇ। ਕੀ ਹੋਇਆ, ਕੀ ਹੋ ਗਿਆ, ਨਿਕਲਦਾ ਨਹੀਂ, ਮੈਂ ਕੱਢਦਾ ਉਹਦਾ ਨਾ, ਅੜ ਗਏ ਰਬੜ ਜੀ ਅੜ ਗਈ ਖੜੋਈ ਖਡੌਣੇ ਦੀ, ਉਹ ਨਿਕਲ ਨਹੀਂ ਡਈ, ਛੱਡੋ ਹਲੋ। ਗੁਰਸ਼ਾਨ ਦਾ ਸਿਰ ਵੀ ਮੈਂ ਸਵੇਰੇ ਸ਼ਾਮੀ ਜੀ ਵਾਇਆ, ਕਿਉਂਕਿ ਨਹਾਤਾ ਸੀ ਤੇ ਤਾਂ ਥੋੜਾ ਜਿਹਾ ਖਿਲਰ ਗਿਆ ਤੇ ਬਰਾਵੋ ਕੀ ਰਹਿ ਗਿਆ ਉੱਥੇ ਅੰਦਰ, ਇੱਕ ਹੋਰ ਬੂਸਤਾ ਵੀ ਹੋਣਾ, ਇਹਨੂੰ ਰੱਖੋ ਉੱਥੇ ਬਾਹਰ ਰੱਖੋ, ਇੱਥੇ ਰੱਖੋ, ਬਰਾਵੋ। ਪੋਤੇ ਇਹ ਛੋਟਾ ਟੈਚੀ ਆ, ਇਹ ਨਹੀਂ ਖੜਨਾ, ਇਹ ਖਾਲੀ ਆ, ਵੱਡਾ ਲੈ ਕੇ ਆਓ। ਪੋਤੇ ਇਹਦੇ 'ਚ ਸਮਾਨ ਥੋੜਾ ਹੋਣਾ ਸੀ, ਹਾਂਜੀ ਕੱਢ ਲਏ ਸਾਰਾ ਸਮਾਨ, ਚਲੋ। ਉਹ ਰੋ ਇਹ ਤਾਈਓ ਹੁੰਦਾ ਹੀ ਰੋਣ ਡਿਆ ਜਦੋਂ ਜਦੋਂ ਗਏ, ਇਹਨੂੰ ਦੇ ਦਿਓ ਨਾ ਬੂਸ ਤੇ ਸ਼ਾਹ ਨੂੰ ਦਿਓ, ਤੁਸੀਂ ਟੈਚੀ ਫੜ ਲਓ, ਸਾਹਿਬ ਤੁਸੀਂ ਆ ਜਾਓ ਮੰਮਾ ਕੋਲ, ਸਾਹਿਬ ਆ ਲਓ ਤੁਸੀਂ, ਆ ਲਓ ਬਲੂਨ, ਆ ਲਓ ਬਲੂਨ ਆਪਣਾ, ਆ ਲਓ ਬਲੂਨ, ਉਹ ਆਖਾ ਮੈਂ ਵੀ ਨਾਲ ਹੀ ਜਾਊਂ। ਉਹ ਬੱਚੋ ਪਾਰਟੀ ਚੱਲੀਏ, ਓਏ ਉਹ ਚੱਲੀਏ ਚੱਲੀਏ, ਕਰਦੇ ਘੰਟਾ ਲੰਘ ਜਾਂਦਾ ਇੱਥੇ, ਜਾਂਦਾ ਪੁੱਤ ਫਿਰ ਇੱਥੇ ਏ ਸੀ ਛੱਡ ਲੈਣਾ ਸੀ ਜਾਂ ਪੱਖਾ ਪੁੱਖਾ ਛੱਡ ਦੇਣਾ ਸੀ, ਇੰਨੀ ਗਰਮੀ ਹੋਈ ਪਈ ਆ। ਓਹ ਕਿੱਡਾ ਖੁਸ਼ ਹੁੰਦਾ ਉੱਧਰ, ਛਾਣ ਉੱਧਰ ਵੇ, ਡਿੱਗਣ ਨਹੀਂ ਕਹਿ ਦੇਣਾ ਉੱਧਰ, ਓ ਕਿੱਥੇ ਪਹੁੰਚਿਆ ਜਾ, ਬਾਲ ਛਾਣ ਉਹਦੀ ਕੱਢ ਕੇ ਦੇ ਵੀਰ ਦੀ, ਬਾਲ ਕੱਢ ਕੇ ਦੇ, ਓ ਪਈ ਇਹਦੇ ਥੱਲੇ ਨੇ, ਤੁਹਾਡਾ ਕੀ ਹੋ ਗਿਆ? ਅੱਛਾ ਅੱਛਾ ਠੀਕ ਠੀਕ ਆ, ਚਲੀਏ ਚਲੀਏ, ਕਿੱਥੇ ਜਾਣਾ, ਚਲੋ ਚਲੀਏ, ਛਾਣ ਆ ਵੀ ਲਓ, ਆ ਫੋਨ ਫੜ ਮੰਮਾ ਦੇ ਹੱਥ 'ਚ, ਆ ਸਾਹਿਬ ਦਾ ਸੂਟ ਅਤੇ ਗੱਡੀ ਰੱਖ ਲਓ, ਗੱਡੀ ਵੀ ਰੱਖ ਲੈ ਇੱਕ, ਚਲੋ ਪਾਪਾ ਨੂੰ ਕਹੋ ਪਾਪਾ ਮੰਮਾ ਦੇ ਲੋਕ ਲਾ ਦਿਓ, ਕੀ ਲੱਗ ਘਰ ਜਾ, ਕਹਿੰਦਾ ਜਾਂਦਾ ਹਾਂ
ਕੀ ਲੈਣਾ ਕੀ ਲੈਣਾ ਕੀ ਲੈਣਾ ਪੁੱਤੇ, ਇੱਕ ਵਾਰੀ ਵੇਖ ਲਈ ਨਾ ਕਮਰੇ 'ਚ ਏਸੀ ਤਾਂ ਨਹੀਂ ਚੱਲਣਦੇ, ਏਸੀ ਵੇਖ ਲਈ ਏਸੀ ਚੱਲੀਏ, ਉਹ ਲੋਕ ਲਾਵੋ ਫਿਰ ਤੁਸੀਂ ਹੈ ਉੱਧਰ, ਗੁਰਸ਼ਾਨ ਹੋਣੀ ਤਾਂ ਬੈਠ ਗਏ ਆ ਗੱਡੀ 'ਚ, ਸਾਹਿਬ ਹੋਣੀ ਚੀਕਣ ਡਏ ਆ ਕਿ ਆਪਾਂ ਰਹਿ ਗਏ, ਉਹ ਤਰਨ ਚੱਲ ਗਏ ਉੱਧਰ ਲੋਕ ਲਾਉਣ, ਤੁਸੀਂ ਵੀ ਬਹਿਣਾ ਆ ਹੈਲੋ ਤੁਸੀਂ ਬੈਠ ਗਏ ਹੋ, ਤੁਸੀਂ ਵੀ ਬੈਠੋ, ਮੈਂ ਨੀ ਆ ਵੇਖਾ ਵੀ ਮੈਂ ਬਹਿ ਗਿਆ, ਆਲੋ ਆਪਣੀ ਐਨਕਾਂ ਵੀ, ਆਲੋ ਮੈਂ ਨਾ ਆਪਣੀ ਐਨਕਾਂ ਹਨੇਰੇ ਦੇ ਵਿੱਚ ਲਓ ਲਾ ਦਈਏ, ਲਓ ਲਾਈਏ ਮਰੋ ਪੁੱਤ ਹਨੇਰੇ 'ਚ ਐਨਕਾਂ ਲਾਓ ਵੇਖਿਓ ਸਹੀ ਕਿੱਡਾ ਖੁਸ਼ ਹੈਗੀ, ਹੁਣ ਹੁਣ ਐਨਕਾਂ ਲਾ ਲੈਣੀ ਆ ਵੀ ਹੁਣ ਅਸੀਂ ਚੱਲੇ ਹਾਂ, ਇੱਧਰ ਦਿਖਾਓ ਮੰਮਾ ਨੂੰ ਦਿਖਾਓ, ਸਾਹਿਬ ਸਾਹਿਬ ਆ ਜਾਓ, ਨਹੀਂ ਲਾਉਣੀ ਆ ਲੈ ਮੈਨੂੰ ਦੇ, ਇੱਥੇ ਰੱਖ ਲੈਂਦੇ ਹਾਂ ਫਿਰ ਜੇ ਲੋੜ ਹੋ ਗਈ ਦੇ ਦਾਂਗੇ, ਹੋ ਆਏ ਲੋਕ ਕਰਤਾ ਚੰਗੀ ਤਰ੍ਹਾਂ ਵੇਖ ਲੈਣਾ ਸੀ, ਚਲੋ ਸਾਹਿਬ ਵੀ ਬੈਠਾ ਮਗਰ, ਇਹ ਪਤਾ ਨਹੀਂ ਗੱਡੀ ਦੇਰ ਤੋਂ ਆ ਤਰਨ ਟੇਪਾਂ ਦੇ ਲੱਥੀਆਂ ਨੇ, ਆ ਟੇਪਾਂ ਦੇ ਲੱਥੀਆਂ ਨਹੀਂ ਗੱਡੀ ਦੇ ਉੱਤੋਂ, ਟੇਪਾਂ ਨਹੀਂ ਇਹ ਸਾਫ ਨਹੀਂ ਹੋਈਆਂ, ਕਿਉਂ ਇਹ ਮੈਂ ਬੜੀ ਕੋਸ਼ਿਸ਼ ਕੀਤੀ, ਇਹ ਸਪਰੇ ਮਾਰ ਰੱਖੇ ਹੋਣੀਆਂ ਤਰਨ, ਚਲੋ ਵਾਹਿਗੁਰੂ ਜੀ ਸੱਚਿਆ ਪਾਤਸ਼ਾਹ ਤੇਰਾ ਹੀ ਆਸਰਾ, ਮਗਰ ਸਾਹਿਬ ਵੀ ਬੈਠਾ ਆ ਹੁਣ ਨਹੀਂ ਰੋਂਡਿਆ, ਉੱਦਾਂ ਰੋਂਦਾ ਸੀ ਕਿ ਮੈਂ ਵੀ ਨਾ ਮੈਨੂੰ ਬਾਹਰ ਖੜੋ, ਬਹੁਤ ਟਾਈਮ ਬਾਅਦ ਗੱਡੀ ਸਾਡੀ ਘਰ ਆਈ, ਘੱਟ ਤੋਂ ਘੱਟ ਡੇਢ ਮਹੀਨੇ ਬਾਅਦ ਤਸੱਲੀ ਜਿਹੀ ਹੋਈ ਹੁਣ ਵੀ ਕਿ ਸ਼ੁਕਰ ਆਈ ਆ, ਨਹੀਂ ਤਾਂ ਬੱਚਿਆਂ ਦੇ ਨਾਲ ਕਿਤੇ ਜਾ ਨਹੀਂ ਸੀ ਹੁਣ ਡਿਆ, ਬੱਚਿਆਂ ਦੇ ਨਾਲ ਨਾ ਕਿਤੇ ਨਹੀਂ ਜਾਣ ਹੁਣ ਡਿਆ ਸੀ ਕਿਉਂਕਿ ਸਾਹਿਬ ਦਾ ਚੈੱਕਅਪ ਕਰਵਾਉਣਾ ਸੀ ਅਤੇ ਉਹ ਚੈੱਕਅਪ ਨਹੀਂ ਵਿਚਾਰੇ ਦਾ ਹੁਣ ਡਿਆ ਕਿਉਂਕਿ ਗੱਡੀ ਨਹੀਂ ਹੈਗੀ, ਉਹਦੇ ਕਰਕੇ ਜਾਣਾ ਆਉਣਾ ਔਖਾ ਬਹੁਤ ਹੁਣ ਡਿਆ ਸੀ, ਹੁਣ ਤਿੰਨ ਦੋ ਕੁ ਤਿੰਨ ਦਿਨ ਹੀ ਹੋਏ ਗੱਡੀ ਆਈ ਨੂੰ, ਵਿੱਚ ਇੱਕ ਦਿਨ ਮੀਂਹ ਬਹੁਤ ਪੈ ਗਿਆ ਅਤੇ ਇੱਕ ਕੱਲ੍ਹ ਦਾ ਦਿਨ ਹੀ ਵਿੱਚ ਹੈਗਾ ਸੀ ਸਾਡਾ, ਅਤੇ ਪਰ ਉਦਣ ਤਰਨ ਡਿਨਰ 'ਤੇ ਚੱਲ ਗਏ ਉਹਨਾਂ ਦੇ ਕੰਮ ਦੇ ਵੱਲੋਂ, ਉਹਨਾਂ ਦੇ ਮਾਲਕ ਨੇ ਸੱਦਿਆ ਸੀ ਸਾਰਿਆਂ ਨੂੰ, ਉੱਥੇ ਚੱਲ ਗਏ ਅਤੇ ਅੱਜ ਗੱਡੀ ਧਵਾਉਣ ਧਵਾਉਣ ਦੇ ਚੱਕਰ ਦੇ ਵਿੱਚ ਚਲੋ ਜੀ ਸਾਰਾ ਟਾਈਮ ਲੰਘ ਗਿਆ, ਅਤੇ ਹੁਣ ਬਾਏ ਬਾਏ, ਚਲੋ ਜੀ ਮਿਲਦੇ ਹਾਂ ਰਾਹ ਦੇ ਵਿੱਚ, ਜੋ ਜੋ ਚੱਲੀ ਚੱਲਾਂਗੇ ਨਾਲ ਨਾਲ ਤੁਹਾਨੂੰ ਵਲੋਗ ਵਿਖਾਈ ਜਾਵਾਂਗੇ, ਅਤੇ ਬਹੁਤ ਵਧੀਆ ਵਲੋਗ ਹੋਣ ਵਾਲੇ ਆ ਹੁਣ, ਸਾਡੇ ਸਾਹਿਬ ਅੱਜ ਮਾਂਡਿਆ ਮਾਮਾ ਮੈਂ ਬਾਹਰ ਹਾਂ, ਚਲੋ ਜੀ ਚੱਲਦੇ ਹਾਂ ਅਤੇ ਨਾਲ ਨਾਲ ਮਿਲਦੇ ਹਾਂ ਤੁਹਾਨੂੰ ਰਾਹ 'ਚ, ਕਿੰਨਾ ਵਧੀਆ ਲੱਗਣ ਡਿਆ ਅੱਗੇ ਦੇ ਪੇਪਰ ਪਾਪਾ ਨੂੰ, ਕਹਿੰਦੇ ਜਾਓ ਲੱਡੂ ਜਿਹਾ, ਲਾਈਟਾਂ ਹੀ ਲਾਈਟਾਂ ਲੱਗਦਾ ਵਾ ਕਿਤੇ, ਰਾਤ ਦੇ ਹੋਊਗਾ 1 ਵਜਾ ਹੋਊਗਾ ਕਿ ਨਹੀਂ ਕਰਨਾ, 2 ਮਿੰਟ
ਆਪਾਂ ਟਰਨਲ ਜੀ ਤੁਰੇ ਫਿਰਦੇ ਹਾਂ। ਅਜੇ ਤਾਂ ਟਾਈਮ ਲੱਗੂਗਾ, ਪਰ ਆਪਾਂ ਹੁਣ ਸਵਿਸ ਦੇ ਲਾਗੇ ਪਹੁੰਚ ਗਏ ਹਾਂ। ਮਤਲਬ ਕਿ ਮੇਰੇ ਹਿਸਾਬ ਨਾਲ ਅਸੀਂ ਘੰਟੇ ਕੁ ਤੱਕ ਪਹੁੰਚ ਜਾਵਾਂਗੇ ਸਵਿਸ, ਹੈ ਨਾ। ਉਹ ਅੱਗੇ ਫਿਰ ਆਉਣ ਲੱਗੀ ਵੇਖੇ ਸ਼ਹਿਣ ਆਵੇ, ਛੋਟੀ ਜੀ ਮੈਨੂੰ ਲੱਗਿਆ ਵੱਡੀ ਆ। ਕਿੱਥੇ ਵੱਡੀ ਆ ਬਹੁਤ, ਆਵੇ ਖਤਮ ਹੋ ਗਈ ਹੋਈ ਕਿ ਨਹੀਂ। ਆਪਾਂ ਤਾਂ ਪਹੁੰਚ ਗਏ ਹਾਂ ਸਵਿਸ, ਪਰ ਹੈਗਾ ਹਨੇਰਾ ਆ। ਜੇ ਕਿਤੇ ਆਪਾਂ 3 ਦੇ ਟਾਈਮ 'ਚ ਹੁੰਦੇ ਨਾ ਫਿਰ ਤਾਂ ਹੋਰ ਵਧੀਆ ਲੱਗਣਾ ਸੀ, ਪਰ ਹੁਣ ਕੁਛ ਨਹੀਂ ਕਰ ਸਕਦੇ। ਪਰ ਜਦੋਂ ਆਪਾਂ ਹੁਣ ਵਾਪਸੀ 'ਤੇ ਆਵਾਂਗੇ ਫਿਰ ਆਪਾਂ 3 ਦੇ ਟਾਈਮ 'ਚ ਆਵਾਂਗੇ। ਉੱਧਰ ਵੇਖ ਹੈ ਨਾ, ਇੱਧਰ ਆਪਣੇ ਵਾਲੇ ਪਾਸੇ ਵੇਖ, ਇੱਧਰ ਕਿੰਨਾ ਸੋਹਣਾ ਸਵਿਸ ਲੱਗਣ ਡਿਆ ਉੱਧਰ। ਓ ਵਾਓ, ਕੁਛ ਪੀਣ ਨੂੰ ਦੇਣੇ, ਉਤਰਦੇ ਆ ਸਵਿਸ ਦੇ ਬਾਰਡਰ ਤੇ ਪਹੁੰਚ ਗਏ ਆਪਾਂ। ਸਵਿਸ ਆ ਗਏ ਆਪਾਂ, ਸਵਿਸ ਆ ਗਏ, ਸਵਿਟਜ਼ਰਲੈਂਡ ਦਾ ਬਾਰਡਰ ਹੀ ਆ। ਆਵੇ ਕਿੰਨਾ ਸੋਹਣਾ ਲੱਗਣੇ, ਆਵੇ ਹੁਣੇ ਆਵੇ ਕਿੰਨਾ ਸੋਹਣਾ ਆਵੇ, ਹੈ ਨਾ। ਕੋਈ ਬਿਲਡਿੰਗ ਆ, ਕੋਈ ਕੀ ਆ। ਅਜੇ ਰੱਖਦੇ ਬਾਅਦ ਚ ਲੈਣੇ, ਪਹਿਲਾਂ ਪਹਿਲਾਂ ਪਾਪਾ ਨੂੰ ਉਹ ਲੈ ਲਾ ਦੋ ਨਾ ਸਮਾਨ, ਵੇਖ ਲੈਂਦੇ ਬੋਲੋ ਦਾ। ਲਓ ਜੀ ਆਪਾਂ ਨਾ ਸਵਿਸ ਪਹੁੰਚ ਗਏ ਆ ਤੇ ਆਪਾਂ ਰੁਕੀਆਂ ਕੁਛ ਲੈਣ ਵਾਸਤੇ, ਜਿਲਾ ਧੋਣ ਲੱਗੀ ਤੇ ਸਾਹਿਬ ਵੀ ਉੱਠ ਗਿਆ ਆ। ਸਾਹਿਬ ਨੂੰ ਤੇ ਲੱਭ ਗਏ ਡੋਗੀ, ਕੀ ਲੈਣਾ ਸਾਹਿਬ ਨੇ, ਕੀ ਲੈਣਾ ਉਹਨੇ, ਆ ਲੈਣੇ ਆ ਬਹੁਤ ਡੋਗੀ ਦੇ ਤੇਰੇ ਗੱਡੀ ਚ ਪਏ ਦੋ ਤਿੰਨ। ਹਾਂਜੀ ਤੁਸੀਂ ਕੀ ਵੇਖਦੇ ਹੋ, ਤਾਂ ਲੱਗੀਆਂ ਘੜੀਆਂ। ਹਾਂਜੀ ਕਿੱਦਾਂ, ਨੀਂਦ ਨਹੀਂ ਆਉਂਦੀ ਹੈ? ਕਮਲੇ ਹੋਏ ਫਿਰਦੇ ਗੱਡੀ ਚਲਾਈ ਲੈ ਕੇ।
ਦਿੱਲੀ ਜਿੰਨਾ ਹੀ ਆ ਨਾ 6-7 ਘੰਟੇ ਪਰ ਦਿੱਲੀ ਦਾ ਥੋੜਾ ਵਾ ਇੱਥੇ 750 ਕਿਲੋਮੀਟਰ ਚਲੋ ਕੀ ਖਾਣਾ ਕੀ ਪੀਣਾ ਪਰ ਜਗ੍ਹਾ ਵੇਖੋ ਤੈਨੂੰ ਕਿੰਨੀ ਕਿੰਨੀ ਸੋਹਣੀ ਬਣੀ ਹੈ ਜਗ੍ਹਾ ਹੈ ਸਾਹਿਬਾ ਜਾ ਖੇਡ ਲਾ ਘੜੀ ਕ ਦੇ ਦਿਓ ਖੇਡ ਲੈ ਤੈਨੂੰ ਛੱਡ ਦਿਓ ਛੱਡ ਦਿਓ ਉਹਨੂੰ 10 ਮਿੰਟ ਖੇਡ ਲੈਣ ਦਿਓ ਆਈ ਇੱਥੇ ਸਾਹਿਬਾ ਇੱਥੋਂ ਦੀ ਦੇ ਦੇ ਖੇਡਣ ਨੂੰ ਹੀ ਆ ਪੁੱਤ ਬਣਾਇਆ ਉਹਨਾਂ ਨੇ ਤਾਂ ਨਾ ਵੇ ਫੜਿਓ ਹੁਣ 2 ਮਿੰਟ ਕੈਮਰਾ ਨਿੱਕਾ ਜਿਹਾ ਬੇਬੀ ਸ਼ਾਨੀ ਕੀ ਖਾਣਾ ਫਿਰ ਚੱਲ ਕੁਛ ਖਾਈ ਭਾ ਦੇ ਮਗਰ ਜਾਣਾ ਮੈਂ ਕੱਲੀ ਉਹ ਕਾਫੀ ਪੀਣੀ ਮੈਂ ਕੋਪਚੀਨੋ ਲੈ ਬੈਠਾ ਚੱਲ ਇਹੋ ਪੀ ਲੈਂਦੇ ਹੁਣ ਉਧਰ ਹੋਣੇ ਆ ਉਧਰ ਉਧਰੋਂ ਆਉਂਦੇ ਗਲਤੀ ਕਰ ਲਈ ਅਜੇ ਵੀ ਲੈ ਕੇ ਆਉਣੀ ਚੇਂਜ ਕਰ ਦੇਣੀ ਜਾਂ ਗੱਡੀ 'ਚ ਕਰ ਦਾਂਗੇ ਕੀ ਕਿੰਨੇ ਨਾ ਬੰਦ ਨਹੀਂ ਹੁੰਦੀ ਮੇਰੇ ਪੁੱਤ ਨੂੰ ਇੱਦਾਂ